ਸਵਾਰੀਆਂ ਦੇ ਨਾਲ ਭਰੀ ਹੋਈ ਇੱਕ ਬੱਸ ਪਲਟੀਆਂ ਖਾ ਗਈ। ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇਹ ਬੱਸ ਪਲਟੀ ਖਾਂਦੀ ਹੋਈ ਨਜ਼ਰ ਆ ਰਹੀ ਹੈ। ਸਵਾਰੀਆਂ ਇਸ ਦੇ ਵਿੱਚ ਸਵਾਰ ਸਨ, ਅਚਾਨਕ ਸੰਤੁਲਨ ਵਿਗੜ ਗਿਆ ਔਰ ਇਸ ਮੌਕੇ ਇੱਕ ਦਰਦਨਾਕ ਮੌਤ ਹੋ ਗਈ। ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਬੀਤੀ ਰਾਤ ਪਠਾਨਕੋਟ ਚੰਬਾ ਕੌਮੀ ਮਾਰਗ 'ਤੇ ਇਹ ਹਾਦਸਾ ਹੋਇਆ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਦਿਸ ਰਿਹਾ ਕਿ ਮੋੜ ਕੱਟਦੇ ਸਮੇਂ ਇਹ ਬੱਸ ਪਲਟ ਗਈ। ਇਸ ਦੇ ਵਿੱਚ ਕੁੱਲ 12 ਸਵਾਰੀਆਂ ਸਵਾਰ ਸਨ, ਇੱਕ ਦੀ ਦਰਦਨਾਕ ਮੌਤ ਹੋ ਗਈ। ਬੱਚੇ, ਬਜ਼ੁਰਗ, ਮਹਿਲਾਵਾਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮੌਕੇ 'ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੀ ਕਾਰਵਾਈ ਆਰੰਭ ਦਿੱਤੀ ਔਰ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ। ਤਾਂ ਦੱਸਦੀ ਹੈ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਇੱਕ ਬੱਸ ਪਲਟ ਗਈ, ਮੋੜ ਕੱਟਦੇ ਸਮੇਂ ਇਹ ਦਰਦਨਾਕ ਭਾਣਾ ਵਾਪਰ ਗਿਆ। ਪਠਾਨਕੋਟ ਚੰਬਾ ਕੌਮੀ ਮਾਰਗ 'ਤੇ ਇਹ ਹਾਦਸਾ ਹੋਇਆ। ਇਸ ਹਾਦਸੇ ਦੇ ਵਿੱਚ ਇੱਕ ਦੀ ਦਰਦਨਾਕ ਮੌਤ ਹੋ ਗਈ। ਸੁਬਹ ਇੱਕ 5:45 ਦੇ ਕਰੀਬ ਦੀ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਬੱਸ ਹੈ ਜਿਹੜੀ ਹਿਮਾਚਲ ਤੋਂ ਅੰਮ੍ਰਿਤਸਰ ਜਾ ਰਹੀ ਹੈ ਔਰ ਕਰੀਬ ਜਨਤ ਹੋਟਲ ਦੀ ਬੈਕ ਸਾਈਡ 'ਤੇ ਪਿੱਛੇ ਥੋੜ੍ਹਾ ਉਹ ਗੱਡੀ ਜਿਹੜੀ ਬੱਸ ਜਿਹੜੀ ਆ ਉਹ ਸੰਤੁਲਨ ਜਿਹੜਾ ਆ ਉਹਦਾ ਸਹੀ ਨਹੀਂ ਰਿਹਾ ਔਰ ਜਿਹੜੀ ਬੱਸ ਡਿੱਗਣ ਤੋਂ ਬਚ ਗਈ ਔਰ ਉਹ ਸਲਿਪ ਕਰਕੇ ਸੜਕ 'ਤੇ ਹੀ ਪੈ ਗਈ ਹੈ। ਉਹਨਾਂ ਵਿੱਚੋਂ ਇੱਕ ਬੰਦੇ ਦੀ ਡੈਥ ਹੋ ਗਈ ਆ ਔਰ ਬਾਕੀ ਜਿਹੜੇ ਨੇ ਹੋਸਪਿਟਲਾਈਜ਼ ਨੇ ਉਹਨਾਂ ਕੋਲ ਹੀ ਅਸੀਂ ਆਏ ਸੀਗੇ, ਬਾਕੀ ਵੈਰੀਫਾਈ ਕਰ ਰਹੇ ਹਾਂ। ਇੱਕ ਤਾਂ ਫਿਲਹਾਲ ਸੀਰੀਅਸ ਹੈ, ਬਾਕੀ ਥੋੜ੍ਹੇ ਸਟੇਬਲ ਹੀ ਹੋ ਗਏ। ਸਵਾਰੀਆਂ ਦੇ ਨਾਲ ਭਰੀ ਹੋਈ ਇੱਕ ਬੱਸ ਪਲਟੀਆਂ ਖਾ ਗਈ। ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇਹ ਬੱਸ ਪਲਟੀ ਖਾਂਦੀ ਹੋਈ ਨਜ਼ਰ ਆ ਰਹੀ ਹੈ। ਸਵਾਰੀਆਂ ਇਸ ਦੇ ਵਿੱਚ ਸਵਾਰ ਸਨ, ਅਚਾਨਕ ਸੰਤੁਲਨ ਵਿਗੜ ਗਿਆ ਔਰ ਇਸ ਮੌਕੇ ਇੱਕ ਦਰਦਨਾਕ ਮੌਤ ਹੋ ਗਈ। ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਬੀਤੀ ਰਾਤ ਪਠਾਨਕੋਟ ਚੰਬਾ ਕੌਮੀ ਮਾਰਗ 'ਤੇ ਇਹ ਹਾਦਸਾ ਹੋਇਆ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਦਿਸ ਰਿਹਾ ਕਿ ਮੋੜ ਕੱਟਦੇ ਸਮੇਂ ਇਹ ਬੱਸ ਪਲਟ ਗਈ। ਇਸ ਦੇ ਵਿੱਚ ਕੁੱਲ 12 ਸਵਾਰੀਆਂ ਸਵਾਰ ਸਨ, ਇੱਕ ਦੀ ਦਰਦਨਾਕ ਮੌਤ ਹੋ ਗਈ। ਬੱਚੇ, ਬਜ਼ੁਰਗ, ਮਹਿਲਾਵਾਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮੌਕੇ 'ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੀ ਕਾਰਵਾਈ ਆਰੰਭ ਦਿੱਤੀ ਔਰ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ। ਤਾਂ ਦੱਸਦੀ ਹੈ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਇੱਕ ਬੱਸ ਪਲਟ ਗਈ, ਮੋੜ ਕੱਟਦੇ ਸਮੇਂ ਇਹ ਦਰਦਨਾਕ ਭਾਣਾ ਵਾਪਰ ਗਿਆ। ਪਠਾਨਕੋਟ ਚੰਬਾ ਕੌਮੀ ਮਾਰਗ 'ਤੇ ਇਹ ਹਾਦਸਾ ਹੋਇਆ। ਇਸ ਹਾਦਸੇ ਦੇ ਵਿੱਚ ਇੱਕ ਦੀ ਦਰਦਨਾਕ ਮੌਤ ਹੋ ਗਈ। ਸੁਬਹ ਇੱਕ 5:45 ਦੇ ਕਰੀਬ ਦੀ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਬੱਸ ਹੈ ਜਿਹੜੀ ਹਿਮਾਚਲ ਤੋਂ ਅੰਮ੍ਰਿਤਸਰ ਜਾ ਰਹੀ ਹੈ ਔਰ ਕਰੀਬ ਜਨਤ ਹੋਟਲ ਦੀ ਬੈਕ ਸਾਈਡ 'ਤੇ ਪਿੱਛੇ ਥੋੜ੍ਹਾ ਉਹ ਗੱਡੀ ਜਿਹੜੀ ਬੱਸ ਜਿਹੜੀ ਆ ਉਹ ਸੰਤੁਲਨ ਜਿਹੜਾ ਆ ਉਹਦਾ ਸਹੀ ਨਹੀਂ ਰਿਹਾ ਔਰ ਜਿਹੜੀ ਬੱਸ ਡਿੱਗਣ ਤੋਂ ਬਚ ਗਈ ਔਰ ਉਹ ਸਲਿਪ ਕਰਕੇ ਸੜਕ 'ਤੇ ਹੀ ਪੈ ਗਈ ਹੈ। ਉਹਨਾਂ ਵਿੱਚੋਂ ਇੱਕ ਬੰਦੇ ਦੀ ਡੈਥ ਹੋ ਗਈ ਆ ਔਰ ਬਾਕੀ ਜਿਹੜੇ ਨੇ ਹੋਸਪਿਟਲਾਈਜ਼ ਨੇ ਉਹਨਾਂ ਕੋਲ ਹੀ ਅਸੀਂ ਆਏ ਸੀਗੇ, ਬਾਕੀ ਵੈਰੀਫਾਈ ਕਰ ਰਹੇ ਹਾਂ। ਇੱਕ ਤਾਂ ਫਿਲਹਾਲ ਸੀਰੀਅਸ ਹੈ, ਬਾਕੀ ਥੋੜ੍ਹੇ ਸਟੇਬਲ ਹੀ ਹੋ ਗਏ।